ਲਿਆ ਸੰਦੀਪ ਬੈਗ ਫੜਾ ਦੇ, ਮੈਂ ਅੱਗੇ ਰੱਖ ਲੈਣਾ। ਚਲ ਚੰਗਾ, ਸਤਿ ਸ਼੍ਰੀ ਅਕਾਲ। ਮੋਟਰਸਾਈਕਲ 'ਤੇ ਤਿੰਨਾਂ ਜਣਿਆਂ ਕੋਲ ਬੈਠਾ ਨਹੀਂ ਜਾਣਾ। ਅਤੇ ਜਿੰਦਰ ਬੇਟਾ ਤੂੰ ਇੱਦਾਂ ਕਰ, ਤੂੰ ਇਕੱਲਾ ਮੋਟਰਸਾਈਕਲ 'ਤੇ ਚੱਲ ਜਾ, ਅਤੇ ਮੈਂ ਭੈਣ ਜੀ ਨੂੰ ਅਤੇ ਸੰਦੀਪ ਨੂੰ ਗੱਡੀ 'ਤੇ ਛੱਡ ਆਉਣਾ। ਮੋਟਰਸਾਈਕਲ 'ਤੇ ਮੁਸ਼ਕਿਲ ਹੋਣਾ ਤਿੰਨਾਂ ਜਣਿਆਂ ਕੋਲ। ਜਿਹੜੀ ਗੱਲ ਕਰਕੇ ਮੈਂ ਆਉਂਦਾ ਨਹੀਂ ਨਾ, ਫਿਰ ਉਹੋ ਹੀ ਗੱਲ ਕਰਤੀ, ਗੱਡੀ ਗੱਡੀ ਗੱਡੀ। ਇੱਥੇ ਤਾਂ ਹੁਣ ਕੈਮਰਿਆਂ 'ਚ ਵੀ ਨਹੀਂ ਕੁਛ ਆਉਣਾ। ਕੀ ਹੋਇਆ ਪੁੱਤ? ਨਹੀਂ ਨਹੀਂ ਕੁਛ ਨਹੀਂ ਡੈਡੀ ਜੀ, ਉਹ ਮੈਂ ਤਾਂ ਇਹ ਸੋਚਣ ਡਿਆ ਸੀਗਾ ਵੀ ਹੁਣ ਦੇਖੋ ਮੇਰੇ ਕੋਲ ਤਾਂ ਮੋਟਰਸਾਈਕਲ ਹੀ ਆ, ਅਤੇ ਘਰ ਵੀ ਜੇ ਕਿਤੇ ਤਿੰਨਾਂ ਨੂੰ ਕਿਤੇ ਬਾਜ਼ਾਰ ਬਜ਼ੁਰ ਜਾਣਾ ਪੈ ਗਿਆ ਅਤੇ ਮੋਟਰਸਾਈਕਲ 'ਤੇ ਜਾਇਆ ਕਰਨਾ। ਕੋਈ ਗੱਲ ਨਹੀਂ, ਆਪਾਂ ਕਰ ਲੈਣਾ ਐਡਜਸਟ, ਬਾਕੀ ਮੈਂ ਕੋਸ਼ਿਸ਼ ਕਰੂੰਗਾ ਛੇਤੀ ਤੋਂ ਛੇਤੀ ਗੱਡੀ ਲਿਆ ਲਾਂ ਕੋਈ ਸੈਕਿੰਡ ਹੈਂਡ। ਸੰਦੀਪ ਬੈਠ, ਮੈਨੂੰ ਸਟਾਰਟ ਕਰ ਲੈਂਦੇ ਮਾੜਾ ਜਿਹਾ। ਚਲੋ ਠੀਕ ਹੈ ਡੈਡੀ, ਚੰਗਾ। ਗੱਡੀ ਵੀ ਅੰਦਰ ਕਰ ਹੀ ਲਓ, ਹੁਣ ਕਿਹੜਾ ਕਿਤੇ ਜਾਣਾ ਹੈ। ਆਓ ਕਰ ਲੈਣਾ, ਜਾ ਲਿਆ ਚਾਬੀ ਫਿਰ ਫੜ ਕੇ ਲਿਆ ਦਿੰਦੇ। ਕੀ ਹੋਇਆ ਵਾ, ਬੜੇ ਧਿਆਨ ਨਾਲ ਪਾ ਗਿਆ ਕੋਈ? ਕੋਈ ਨਿਆਣਾ ਨੂਣਾ ਪਾ ਕੇ ਨਾ ਲਓ ਚਾਬੀ, ਕਰ ਲਓ ਅੰਦਰ। ਤਾਂ ਹੀ ਕਿਹਾ ਨਾ ਗਲੀ 'ਚ ਨਾ ਲਾਇਆ ਕਰੋ ਜ਼ਿਆਦਾ ਟਾਈਮ, ਅੰਦਰ ਕਰ ਲਿਆ ਕਰੋ ਨਾਲ ਹੀ। ਮੈਨੂੰ ਕੀ ਪਤਾ ਸੀ ਹੁਣ? ਚੱਲ ਕੋਈ ਨਹੀਂ, ਹੁਣ ਵੀ ਕਰ ਲਓ, ਕੋਈ ਗੱਲ ਨਹੀਂ। ਕਿੱਦਾਂ ਹੁਣ, ਕੱਲ੍ਹ ਤੋਂ ਜਾਏਗਾ ਨਾ ਸਕੂਲ? ਮੁੰਡਿਆ ਚੁੱਪ ਕਰ, ਉਹਨੂੰ ਨਹੀਂ ਪਤਾ ਵੀ ਸਕੂਲ ਜਾਣਾ ਕਿ ਨਹੀਂ, ਉਹਨੇ ਆਉਣੀ ਆ, ਉਹਨੂੰ ਸਭ ਪਤਾ ਆ। ਜਾ ਸੰਦੀਪ, ਜਾ ਕੇ ਤਾਂ ਰੈਸਟ ਕਰ ਲਾ, ਕੱਪੜੇ ਕੁੱਪੜੇ ਚੇਂਜ ਕਰ ਲਾ। ਮੰਮੀ ਮੈਨੂੰ ਚੁੱਪ ਕਿਉਂ ਕਰਾਤਾ ਤੂੰ? ਮੈਂ ਬਸ ਇੰਨਾ ਹੀ ਪੁੱਛਿਆ ਸੀਗਾ ਵੀ ਕੱਲ੍ਹ ਤੋਂ ਸਕੂਲ ਜਾਇਆ ਕਰਨਾ ਕਿ ਨਹੀਂ। ਉਹ ਤਾਂ ਇਹੋ ਹੀ ਤਰਾਜ ਆ, ਤੈਨੂੰ ਮੈਂ ਜਾਣ ਲੱਗੇ ਕਿਹਾ ਸੀ ਨਾ ਵੀ ਮੇਰੇ ਕੋਲ ਇੱਕ ਸਕੀਮ ਹੈਗੀ ਆ। ਇਹਦੇ ਮਾਂ ਪਿਓ ਨੂੰ ਮੈਂ ਕਹਿ ਕੇ ਆਈ ਹਾਂ ਨਾ ਵੀ ਤੁਹਾਡੀ ਧੀ ਨੂੰ ਅੱਜ ਤੋਂ ਬਾਅਦ ਅਸੀਂ ਕੁਛ ਨਹੀਂ ਕਹਿਣਾ। ਪਰ ਜਿਹੜੀਆਂ ਗੱਲਾਂ ਤੁਸੀਂ ਕਰਦੇ ਰਹੇ ਨਾ ਅੱਗੇ, ਉਹ ਹੁਣ ਉਹੋ ਜਿਹੀ ਕੋਈ ਨਹੀਂ ਇਹਦੇ ਨਾਲ ਗੱਲ ਹੋਣੀ ਚਾਹੀਦੀ। ਅਸੀਂ ਤਾਂ ਪਹਿਲੇ ਵੀ ਨਹੀਂ ਕੁਛ ਕਹਿੰਦੇ, ਪਰ ਫਿਰ ਵੀ ਜੇ ਸੰਦੀਪ ਨੂੰ ਲੱਗਦਾ ਵੀ ਮੇਰੇ ਨਾਲ ਕੋਈ ਊਚ ਨੀਚ ਹੁੰਦਾ ਤਾਂ ਤੁਹਾਡੀ ਧੀ ਨੂੰ ਅੱਜ ਤੋਂ ਅਸੀਂ ਕੁਛ ਵੀ ਨਹੀਂ ਕਹਿੰਦੇ। ਬਸ ਅੱਜ ਤੋਂ ਬਾਅਦ ਨਾ ਇਹਨੂੰ ਕੁਛ ਨਹੀਂ ਕਹਿਣਾ, ਨਾ ਇਹਦੇ ਨਾਲ ਬੋਲਣਾ ਅਤੇ ਨਾ ਇਹਦੀ ਕੋਈ ਗੱਲ ਦਾ ਜਵਾਬ ਦੇਣਾ ਆ।
ਮੰਮੀ ਗੱਲ ਤਾਂ ਤੇਰੀ ਬਿਲਕੁਲ ਠੀਕ ਆ। ਤੈਨੂੰ ਪਤਾ ਅੱਜ ਕੱਲ੍ਹ ਕਾਨੂੰਨ ਕਿੰਨੇ ਸਖਤੇ ਆ, ਜੇ ਇਹਨੂੰ ਅਸੀਂ ਕੁਛ ਕਵਾਂਗੇ ਇਹਨੂੰ ਮਾਰ ਕਟਾਈ ਕਰਾਂਗੇ ਤੇ ਸਾਡੇ ਤੇ ਉਲਟਾ ਕੇਸ ਹੋਊਗਾ। ਇਹਦੇ ਨਾਲੋਂ ਇਹਨੂੰ ਬੁਲਾ ਹੀ ਨਾ, ਕੁਛ ਕਹਿ ਹੀ ਨਾ, ਬਸ ਇੱਦਾਂ ਹੀ ਘੁੱਟ ਘੁੱਟ ਕੇ ਮਰੂਗੀ ਇਹ। ਤੇ ਨਾਲੇ ਅਸੀਂ ਵੀ ਆਪਣੀ ਗੱਲ ਤੇ ਸੱਚੇ ਰਵਾਂਗੇ। ਬਸ ਅਸੀਂ ਤੁਹਾਡੀ ਧੀ ਨੂੰ ਕੀ ਕਹਿੰਦੇ ਆ, ਹਾਂ ਅਸੀਂ ਤੁਹਾਡੀ ਧੀ ਨੂੰ ਕੁਛ ਕਹਿੰਦੇ ਹੀ ਨਹੀਂ ਆ, ਇਹਨੂੰ ਕੁਛ ਨਹੀਂ ਕਹਿਣਾ। ਚੱਲ ਠੀਕ ਹੈ ਮੰਮੀ, ਸਕੀਮ ਤੇਰੀ ਵਾਕਿਆ ਬੜੀ ਜ਼ਬਰਦਸਤ ਆ। ਤਜਿੰਦਰ ਮੈਂ ਪ੍ਰੈਸ ਕਰ ਦਿੰਦੀ ਹਾਂ, ਦੇ ਦਿਓ। ਅੱਗੇ ਕਿਹੜਾ ਦੇ ਕਰੀ ਕੀਤੀ ਪ੍ਰੈਸ, ਛੱਡੋ ਤੂੰ ਰਹਿਣ ਦੇ ਚੰਗਾ। ਜੇ ਤੈਨੂੰ ਪ੍ਰੈਸ ਕਰਨ ਲਈ ਕਹਿਤਾ ਫਿਰ ਆਪਣੇ ਪੇਕੇ ਸ਼ਿਕਾਇਤ ਲਾ ਦੇਂਗੀ ਕਿ ਮੇਰੇ ਕੋਲ ਕੰਮ ਕਰਾਉਂਦੇ ਆ, ਮੈਨੂੰ ਨੌਕਰਾਂ ਨੇ ਬਣਾ ਕੇ ਰੱਖਿਆ ਆ ਅਤੇ ਮੇਰੇ ਕੋਲ ਰੋਜ਼ ਰੋਜ਼ ਦਾ ਡਰਾਮਾ ਨਹੀਂ ਹੁੰਦਾ ਚੰਗਾ। ਉੱਥੋਂ ਤਰਲੋ ਮਾਰ ਮਾਰ ਕੇ ਲਿਆਓ ਪੇਕਿਓ। ਅੱਛਾ ਅੱਛਾ ਠੀਕ ਆ ਠੀਕ ਆ, ਕੋਈ ਨਹੀਂ ਆ ਜਾਵਾਂਗੇ। ਮੰਮੀ ਜੀ ਰੋਟੀ ਲਿਆਵਾਂ ਪਾ ਕੇ? ਨਹੀਂ ਮੈਂ ਪਾ ਕੇ ਤਾਂ ਖਾ ਲਵਾਂਗੀ ਆਪੇ। ਤੁਸੀਂ ਕਹਿੰਦੇ ਨਾ ਭੁੱਖ ਲੱਗੀ ਹੈ ਤਾਂ ਮੈਂ ਲਿਆ ਦਿੰਦੀ ਹਾਂ। ਨਹੀਂ ਨਹੀਂ ਭੈਣੇ, ਜੇ ਫਿਰ ਤੈਨੂੰ ਕੋਈ ਕੰਮ ਕਹਿਤਾ ਫਿਰ ਤੂੰ ਆਪਣੇ ਮਾਪਿਆਂ ਨੂੰ ਸ਼ਿਕਾਇਤ ਲਾ ਦੇਂਗੀ ਵੀ ਮੇਰੇ ਕੋਲੋਂ ਕੰਮ ਕਰਾਉਂਦੇ ਆ, ਫਿਰ ਤੂੰ ਬੈਗ ਚੁੱਕ ਕੇ ਅਤੇ ਭੱਜ ਜਾਣਾ ਪੇਕੇ, ਫਿਰ ਅਸੀਂ ਕਿੱਦਾਂ ਲਿਆਵਾਂਗੇ ਅੱਗੇ, ਕਿੰਨੀ ਮੁਸ਼ਕਲ ਲੈ ਕੇ ਆਏ ਹਾਂ। ਮੰਮੀ ਜੀ ਗੱਲ ਕੀ ਆ, ਤਜਿੰਦਰ ਵੀ ਇਹੋ ਗੱਲਾਂ ਕਰੀ ਜਾਂਦੇ ਅੰਦਰ ਅਤੇ ਤੁਸੀਂ ਵੀ ਇਹੋ ਗੱਲਾਂ ਕਰੀ ਜਾਂਦੇ ਜੇ। ਤੂੰ ਜੋ ਮਰਜ਼ੀ ਸਮਝੀ ਜਾ, ਸਾਡੇ ਕੋਲ ਨਾ ਰੋਜ਼ ਰੋਜ਼ ਦੇ ਡਰਾਮੇ ਨਹੀਂ ਹੁੰਦੇ, ਕਦੀ ਛੱਡ ਆਓ ਕਦੀ ਲੈ ਆਓ, ਜਾ ਮੈਂ ਆਪੇ ਪਾ ਕੇ ਖਾ ਲਵਾਂਗੀ ਰੋਟੀ। ਦੋਵਾਂ ਨੇ ਨਾ ਹੁਣ ਨਵੀਂ ਸਕੀਮ ਲੱਭ ਲਈ ਆ ਮੈਨੂੰ ਤੰਗ ਕਰਨ ਦੀ। ਮੈਂ ਤਾਂ ਸੋਚਿਆ ਸੁਧਰ ਜਾਣਗੇ ਪਰ ਇਹ ਕਿੱਥੇ ਸੁਧਰਨ ਵਾਲੇ। ਟਿਫਨ ਤਾਂ ਪੈਕ ਕਰਾਂ ਹੁਣ। ਫਿਰ ਕਹਿਣਗੇ ਆਪੇ ਕਰ ਲੈਣਾ। ਤਜਿੰਦਰ ਆ ਟਿਫਨ ਰਹਿ ਗਿਆ ਤੁਹਾਡਾ।
ਇਹਨਾਂ ਨੂੰ ਕੀ ਹੋ ਗਿਆ? ਇੱਦਾਂ ਹੀ ਸੂਤਰ ਰਹਿਣਾ ਇਹਨੇ। ਘਬਰਾਹਟ ਜਿਹੀ ਹੋਣ ਦੀ ਸਵੇਰ ਦੀ, ਉਲਟੀ 'ਚ ਵੀ ਆਉਣ ਪੈਣ ਦੀ। ਮੰਮੀ ਜੀ, ਮੈਨੂੰ ਨਾ ਪਤਾ ਨਹੀਂ ਕੀ ਹੁੰਦਾ ਸਵੇਰ ਦਾ, ਘਬਰਾਹਟ ਜਿਹੀ ਹੋਈ ਜਾਂਦੀ ਆ, ਉਲਟੀ ਵੀ ਆਉਂਦੀ ਆ, ਕੋਈ ਦਵਾਈ ਹੈਗੀ ਆ? ਸੰਦੀਪ, ਇਹ ਤੇ ਖੁਸ਼ ਖਬਰੀ ਆ। ਕੀ ਮਤਲਬ ਮੰਮੀ ਜੀ, ਮੈਂ ਸਮਝ ਨਹੀਂ ਕੁਝ। ਮੈਂ ਦਾਦੀ ਬਣਨ ਵਾਲੀ ਆ, ਇਹਦੇ ਚ ਦਵਾਈ ਨਹੀਂ ਖਾਈਦੀ। ਮੰਮੀ ਜੀ, ਇਹ ਤੇ ਬਹੁਤ ਵਧੀਆ ਗੱਲ ਆ। ਫਿਰ ਵਧੀਆ ਹੀ ਗੱਲ ਆ ਕਿ ਸਾਡੇ ਘਰ ਵੀ ਕਿਤੇ ਰੌਣਕ ਆਊਗੀ, ਨਿਗਾਹ ਜਿਹਾ ਆਊਗਾ, ਕਿਤੇ ਮੈਂ ਉਹਦੇ ਨਾਲ ਖੇਡੂੰਗੀ। ਮੈਂ ਨਾ ਤਜਿੰਦਰ ਨੂੰ ਫੋਨ ਕਰਕੇ ਦੱਸ ਦਿੰਦੀ ਹਾਂ। ਨਹੀਂ ਨਹੀਂ, ਤਜਿੰਦਰ ਨੂੰ ਮੈਂ ਆਪੇ ਫੋਨ ਕਰਕੇ ਦੱਸ ਦਿੰਦੀ ਹਾਂ। ਅੱਛਾ, ਚਲੋ ਜਾ ਜਾ ਕੇ ਨਾ ਨਿੰਬੂ ਪਾਣੀ ਬਣਾ ਕੇ ਤੇ ਪੀ ਲਾ। ਠੀਕ ਹੈ ਮੰਮੀ ਜੀ। ਪਹਿਲੇ ਮੈਂ ਤਜਿੰਦਰ ਨੂੰ ਫੋਨ ਕਰਕੇ ਦੱਸਾਂ। ਹੈਲੋ। ਹਾਂ ਮੰਮੀ। ਤਜਿੰਦਰ, ਖੁਸ਼ ਖਬਰੀ ਆ, ਮੈਂ ਦਾਦੀ ਬਣਨ ਵਾਲੀ ਹਾਂ। ਅੱਛਾ ਮੰਮੀ, ਇਹ ਸੱਚੀ ਬੜੀ ਖੁਸ਼ੀ ਵਾਲੀ ਗੱਲ ਆ। ਹੋਰ ਕੀ, ਆਉਂਦਾ ਆਉਂਦਾ ਨਾ ਮਠਿਆਈ ਦਾ ਡੱਬਾ ਲੈ ਕੇ ਆਈ। ਹਾਂ ਹਾਂ ਮੰਮੀ, ਜ਼ਰੂਰ ਲੈ ਕੇ ਆਊਂਗਾ। ਠੀਕ ਆ, ਨਾਲੇ ਥੋੜ੍ਹੀ ਛੇਤੀ ਵੀ ਆ ਜਾਊਂਗਾ ਅੱਜ ਮੈਂ। ਹਾਂ ਆ ਜੀ ਆ ਜੀ। ਠੀਕ ਹੈ ਠੀਕ ਹੈ। ਅੱਜ ਪਹਿਲੀ ਵਾਰੀ ਮੰਮੀ ਨੂੰ ਇੰਨਾ ਖੁਸ਼ ਵੇਖਿਆ, ਉਹ ਵੀ ਮੇਰੇ ਕਿਸੇ ਗੱਲ ਤੋਂ। ਚੱਲ ਹੇ ਵਾਹਿਗੁਰੂ, ਘਰ 'ਚ ਜਿਹੜਾ ਨਵਾਂ ਜੀ ਉਹਨਾਂ ਨਾਲ ਖੁਸ਼ੀਆਂ ਲੈ ਕੇ ਆਏ ਅਤੇ ਮੇਰੀ ਜ਼ਿੰਦਗੀ ਬਦਲ ਦੇ। ਕੰਗਰੈਚੁਲੇਸ਼ਨ। ਥੈਂਕ ਯੂ, ਤੁਹਾਨੂੰ ਵੀ ਕੰਗਰੈਚੁਲੇਸ਼ਨ। ਚਲੋ ਆਲੋ ਪਾਣੀ। ਮੈਂ ਸੋਚਣ ਨਹੀਂ, ਆਪਾਂ ਇੱਕ ਵਾਰੀ ਡਾਕਟਰ ਕੋਲ ਚੈੱਕਅਪ ਕਰਾ ਲਈਏ। ਦੱਸਦਾ ਮੈਂ ਇੱਕ ਮਿੰਟ। ਠੀਕ। ਅੱਜ ਮੰਮੀ ਵੀ ਕਿੰਨੇ ਖੁਸ਼ ਨੇ ਅਤੇ ਇਹ ਵੀ ਕਿੰਨੇ ਖੁਸ਼ ਆ। ਵਾਹਿਗੁਰੂ ਨੇ ਇੱਦਾਂ ਖੁਸ਼ੀਆਂ ਬਰਕਰਾਰ ਰੱਖੀ।
ਆ ਗਿਆ, ਵਧਾਈ ਹੋਏ ਨਾਲੇ ਤੈਨੂੰ। ਮੰਮੀ ਤੁਹਾਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਕਿ ਤੁਸੀਂ ਦਾਦੀ ਬਣਨ ਵਾਲੇ ਜੇ। ਅਤੇ ਮੰਮੀ ਉਹ ਸੰਦੀਪ ਕਹਿਣ ਡੀ ਸੀ ਵੀ ਡਾਕਟਰ ਕੋਲੋਂ ਚੈੱਕਅਪ ਕਰਾਈਏ, ਅਤੇ ਕਿੱਦਾਂ ਕਰਾਂ ਫਿਰ ਮੈਂ? ਇਹਦੇ ਵਿੱਚ ਕਿਹੜੀ ਪੁੱਛਣ ਵਾਲੀ ਗੱਲ ਆ, ਉਹਦਾ ਕਿਹੜਾ ਇਕੱਲੀ ਦਾ ਨਿਆਣਾ ਆ, ਸਾਡੇ ਘਰ ਦਾ ਵੀ ਚਰਾ ਗਿਆ ਅਤੇ ਜਾ ਕਰਵਾਇਆ। ਚੱਲ ਠੀਕ ਹੈ ਫਿਰ, ਮੈਂ ਹੋ ਗਿਆ ਮੈਂ। ਲੈ ਚੱਲ ਗਈ, ਚੱਲ ਆ ਚੱਲੀਏ ਕਰਾ ਉਹਨੇ ਚੈੱਕਅਪ। ਚਲੋ ਮੈਂ ਆ ਗਈ, ਰੁਕਿਓ ਮੈਂ ਨਾ ਜੁੱਤੀ ਪਾ ਆਉਣੀ ਆ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੂੰ ਨਾ ਚੱਕਰ ਜਿਹੇ ਆਉਣ ਡੇ ਸੀਗੇ ਅਤੇ ਨਾਲੇ ਵੋਮਿਟਿੰਗ ਵਾਲਾ ਮਨ ਆਉਣ ਡਿਆ। ਆ ਜਾਓ ਇੱਧਰ ਆ ਜਾਓ। ਹਾਂਜੀ, ਕੀ ਪ੍ਰੋਬਲਮ ਹੁੰਦੀ ਪਈ? ਘਬਰਾਹਟ ਹੁੰਦੀ ਤੇ ਵੋਮਿਟਿੰਗ ਆਉਂਦੀ। ਓਕੇ, ਬੋਡੀ ਬਣ। ਓਕੇ ਰਿੰਪੀ, ਇਹਨਾਂ ਨੂੰ ਅੰਦਰ ਲਿਓ, ਚੈੱਕਅਪ ਕਰੋ, ਬੀ ਪੀ ਵਗੈਰਾ ਚੈੱਕ ਕਰੋ। ਸਰ ਪੇਸ਼ੈਂਟ ਦੀ ਰਿਪੋਰਟ। ਓਕੇ ਆ ਜਾਓ ਭਾਅ ਜੀ, ਗੁੱਡ ਨਿਊਜ਼ ਆ। ਹਾਂਜੀ ਭਾਅ ਜੀ, ਪ੍ਰੈਗਨੈਂਸੀ ਪੋਜ਼ਿਟਿਵ ਆਈ ਇਹਨਾਂ ਦੀ। ਅੱਛਾ ਅੱਛਾ, ਚਲੋ ਭਾਅ ਜੀ, ਬਹੁਤ ਵਧੀਆ ਗੱਲ। ਹਾਂ, ਮੈਂ ਤੁਹਾਨੂੰ ਨਾ ਕੁਝ ਮੈਡੀਸਨ ਲਿਖ ਦਿੰਦਾ, ਉਹ ਤੁਸੀਂ ਖਾਓ ਅਤੇ ਨਾਲ ਪਰਹੇਜ ਕਰਨਾ, ਠੀਕ ਹੈ ਜੀ? ਠੀਕ। ਅਤੇ ਮੈਡੀਸਨ ਲੈ ਕੇ 15 ਦਿਨਾਂ ਬਾਅਦ ਮੇਰੇ ਕੋਲ ਦੁਬਾਰਾ ਆਉਣਾ ਚੈੱਕਅਪ ਕਰਾਉਣ, ਠੀਕ ਹੈ ਜੀ? ਇਹਦੇ ਨਾਲ ਨਾਲ ਤੁਸੀਂ ਰੈਸਟ ਵੀ ਕਰਨੀ ਆ ਅਤੇ ਨਾਲ ਫਰੂਟ ਪ੍ਰੋਪਰ ਖਾਣਾ, ਠੀਕ ਹੈ ਜੀ? ਹਾਂਜੀ। ਹੈਲੋ ਮੈਡੀਸਨ, ਠੀਕ ਹੈ ਜੀ? ਅਤੇ ਕਿੰਨੇ ਪੈਸੇ ਹੋ ਗਏ ਜੀ? ਭਾਅ ਜੀ 900 ਰੁਪਏ ਦੇ ਤੁਸੀਂ। ਹਾਂਜੀ, ਓਕੇ ਜੀ। ਆ ਗਏ ਜੇ, ਡਾਕਟਰ ਨੇ ਕੀ ਕਿਹਾ? ਮੰਮੀ ਡਾਕਟਰ ਨੇ ਕਹਿਣਾ ਕੀ, ਸੱਚੀ ਦਾਦੀ ਬਣਨ ਵਾਲੇ ਤੁਸੀਂ। ਅੱਛਾ, ਚਲੋ ਫਿਰ ਤਾਂ ਵਧਾਈਆਂ ਤੁਹਾਨੂੰ ਦੋਵਾਂ ਨੂੰ। ਮੰਮੀ ਤੁਹਾਨੂੰ ਵੀ ਬਹੁਤ ਬਹੁਤ ਕੇ। ਨਾਲੇ ਮੰਮੀ ਡਾਕਟਰ ਨੇ ਕਿਹਾ ਆ ਕਿ ਸੰਦੀਪ ਨੂੰ ਹੁਣ ਰੈਸਟ ਦੀ ਲੋੜ ਆ, ਅਤੇ ਨਾਲੇ ਇਹਨੂੰ ਫਲ ਫਰੂਟ ਵੱਧ ਤੋਂ ਵੱਧ ਖਵਾਓ। ਅੱਛਾ, ਫਰੂਟ ਖਾਣਾ। ਮੰਮੀ ਨਾਲੇ ਨਾ ਮੈਡੀਸਨ ਵੀ ਦਿੱਤੀ ਡਾਕਟਰ ਨੇ, ਉਹ ਮੋਟਰਸਾਈਕਲ ਦੀ ਡਿੱਗੀ 'ਚ ਪਈ ਆ, ਉਹ ਵੀ ਖਾਇਆ ਕਰਨੀ ਹੁਣ ਇਹਨੇ। ਲੈ, ਮੈਨੂੰ ਤਾਂ ਲੱਗਦਾ ਡਾਕਟਰ ਦਾ ਦਿਮਾਗ ਖਰਾਬ ਹੋ ਗਿਆ। ਦੱਸ ਅੱਗੇ ਇਹ ਬਿਮਾਰ ਆ, ਇਹੋ ਜਿਹੇ ਕੰਮ 'ਚ ਦਵਾਈਆਂ ਦਾ ਕਾਹਦਾ ਕੰਮ ਆ? ਸਾਡੇ ਵਾਰੀ ਤਾਂ ਕੋਈ ਦਵਾਈਆਂ ਨਹੀਂ ਖਾਂਦੇ, ਅਸੀਂ ਇੱਦਾਂ ਹੀ ਬੱਚੇ ਹੋ ਜਾਂਦੇ ਸੀ। ਆਹ ਨਵੇਂ ਪਖੰਡ ਫੜ ਲਏ ਡਾਕਟਰਾਂ ਨੇ। ਪਰ ਮੰਮੀ ਡਾਕਟਰ ਦੇ ਕਹਿਣ ਡੇ ਸੀ ਵੀ ਦਵਾਈ 9 ਮਹੀਨੇ ਖਾਣੀ ਆ। ਵੀ ਤੂੰ ਐਵੇਂ ਡਾਕਟਰ ਦੀ ਗੱਲਾਂ 'ਚ ਆ ਗਿਆ, ਤੂੰ ਤਾਂ ਪੜ੍ਹਿਆ ਲਿਖਿਆ, ਤੂੰ ਸਮਝ ਕਰ ਥੋੜ੍ਹੀ ਜੀ। ਐਵੇਂ ਵਾਧੂ ਦਾ ਖਰਚਾ ਡਾਕਟਰਾਂ ਨੂੰ ਤਾਂ ਬਿੱਲ ਬਣਾਉਂਦੀ ਪਈ ਆ,
ਵੀ ਬਸ ਨਾ ਸਾਡੇ ਕੋਲ ਪੈਸੇ ਆਈ ਜਾਣ ਅਤੇ ਸਾਡੇ ਗੱਲੇ ਭਰੇ ਰਹਿਣ। ਸੰਦੀਪ ਬਸ ਤੂੰ ਕੁਛ ਨਹੀਂ ਕਰਨਾ, ਰੋਟੀ ਪਾਣੀ ਰੱਜ ਕੇ ਖਾਣਾ ਆ, ਸਬਜ਼ੀ ਸੁਬਜ਼ੀ ਖਾ, ਹਰੀਆਂ ਸਬਜ਼ੀਆਂ। ਨਹੀਂ ਡਾਕਟਰਾਂ ਨੇ ਕਾਹਦੀ ਦਵਾਈ ਦੇ ਤੀ ਇਹਨੂੰ? ਮੰਮੀ ਮੈਨੂੰ ਨਹੀਂ ਉਹ ਪਤਾ, ਉਹ ਦੋ ਤਿੰਨ ਪੱਤੇ ਜੇ ਆ, ਮੈਨੂੰ ਲੱਗਦਾ ਖਰੇ ਇੱਕ ਆਇਰਨ ਦੀ ਆ, ਕੈਲਸ਼ੀਅਮ ਦੀ ਆ। ਅਤੇ ਹੋਰ ਤਾਕਤ ਦੀ ਹੋਣੀ, ਹੋਰ ਕੀ ਉਹਨਾਂ ਨੇ ਦੇਣਾ ਆ? ਚੱਲ ਠੀਕ ਆ। ਆ ਮੁੰਡਾ ਵੀ ਨਾ ਝੱਟ ਮਗਰ ਲੱਗ ਜਾਂਦਾ ਆ, ਉੱਥੇ 1000-1200 ਦੀ ਦਵਾਈ ਆਈ ਹੋਣੀ ਆ, ਐਵੇਂ ਹੀ ਮੁੰਡਾ ਬਿੱਲ ਬਣਾ ਕੇ ਅਤੇ ਉੱਥੇ ਆ ਗਿਆ ਹੀ ਇੰਨਾ। ਮੰਮੀ ਨੂੰ ਦੱਸਦੀ ਹਾਂ ਫੋਨ ਕਰਕੇ। ਸਤਿ ਸ਼੍ਰੀ ਅਕਾਲ ਮੰਮੀ ਜੀ। ਮੰਮੀ ਜੀ ਇੱਕ ਨਾ ਖੁਸ਼ਖਬਰੀ ਆ। ਚਲੋ ਠੀਕ ਆ ਮੰਮੀ ਜੀ। ਘਰੇ ਇੱਕ ਰੈਸਟ ਕਰ ਲੈਂਦੇ ਹਾਂ।